वेलकम है तुहाडा सारयां दा अपने खोर नवें ब्लॉग दे विच। मौसम चैक करो तुसीं ते बाकी आ देखो जी स्कूटर कहिंदे मेरे वीरे इहनूं छड्ड के आना अज आपां मरेकोटले ते इहदी असीं नोज़ खोली सी क्योंकि इह तुरिया जांदा करंट छड्ड जांदा ते मैं देखिया वी है ना चाबी तों इक तार सीगी जिहड़ी उह लहण वाली सी जाण कि हिलदी होऊगी उहदे करके करंट छड्ड दऊगा। बाकी हुण इहनूं आपां डायरैक्ट कर दिंदे आ, डायरैक्ट करके इहनूं आपां है ना अई लै जाँगे हौली हौली ते इहनूं छड्ड आवांगे ठीक आ। वैसे इहनूं टांके लग जाणगे उरे, टांके टुटे हुए आ, देखदा अंदर कावियर पैगा उहदे नाल टांके ला देंगे आपां इत्थे ला के इहनां ठीक आ। तैनूं छड्ड के आवांगे आपां, बाकी चाचे होणी प्रसाद सकदे आ, यार दोस्त आ रहे आ उह नाल जाणगे, जे बाई चांस रस्ते 'च कोई जे दिक्कत आ गई ਤਾਂ ਫਿਰ ਉਹ ਆ ਜਾਣਗੇ ਅਤੇ ਉਹ ਮੈਨੂੰ ਨਾਲ ਲੈ ਜਾਣਗੇ, ਜੇ ਧੱਕਾ ਧੁੱਕਾ ਲਾਉਣ ਦੀ ਲੋੜ ਪਈ ਉਹ ਮਤਲਬ ਮੋਟਰਸਾਈਕਲ ਨਾਲ ਹੋਊਗਾ। ਅਤੇ ਬਾਕੀ ਤਾਂ ਚਲੋ ਫਿਰ ਕਿਹੜਾ ਸਕੂਟਰ ਖਿੱਚਦੀ ਹੈ ਮਰੇਕੋਟਲੇ ਵੱਲ ਨੂੰ, ਅਤੇ ਬਾਕੀ ਮੌਸਮ ਔਖਾ ਕੰਮ। ਮਿੱਤਰੋ ਮੁੰਡੇ ਪਹੁੰਚ ਗਏ ਆਪਣੇ ਲਵੇ, ਕੁਲਵੀਰ, ਸੁਖਮਨ, ਧੰਨ, ਪ੍ਰੀਤ, ਇਹ ਪਿਛਲੇ ਬਲੋਗ 'ਚ ਤੋਂ ਪਿਛਲੇ ਬਲੋਗ 'ਚ ਦੇਖਿਆ ਤੁਸੀਂ, ਹਾਂ ਉਹ ਜੀ ਭੁੱਲ ਬਣਾਇਆ ਸੀ, ਆਹ ਵੀ ਆ ਗਿਆ ਮੁੰਡਾ, ਕਹਿੰਦੇ ਆਹ ਮੁੰਡੇ ਦੀਆਂ ਗੱਲਾਂ ਬਹੁਤ ਪਸੰਦ ਕਰਦੇ ਆ ਲੋਕ, ਕੋਈ ਨਾ ਅੱਜ ਫੇਰ ਸੁਣਾਵਾਂਗੇ ਠੀਕ ਆ। ਅਤੇ ਬਾਕੀ ਸਬਸਕ੍ਰਾਈਬਰ ਬਾਈ ਆਪਾਂ ਨੂੰ ਮਿਲਣਾ ਆ, ਬਾਈ ਕਿੱਥੋਂ ਆਏ ਹੋਗੇ ਜੀ? ਚੰਡੀਗੜ੍ਹ ਤੋਂ ਆਏ ਵੀਰੇ। ਠੀਕ ਹੈ ਜੀ, ਬਾਈ ਕੀ ਨੇਮ ਆ ਜੀ ਆਪਣਾ? ਆਪਣਾ ਕਰਨ ਆ ਵੀਰੇ। ਠੀਕ ਆ ਜੀ, ਹੋਰ ਸੁਣਾਓ ਕੀ ਹਾਲ ਚਾਲ ਨੇ? ਵਧੀਆ ਵੀਰੇ। ਠੀਕ ਆ ਜੀ, ਅਤੇ ਆਹ ਮੁੰਡਾ ਆਪਣੇ ਪਿੰਡ ਦਾ ਹੀ ਆ, ਹੱਥਾਂ ਮਿਲਾ ਲਿਆ ਕਰੇ ਯਾਰ ਤੂੰ, ਹੱਥ ਨਹੀਂ ਮਿਲਾਉਂਦਾ। ਅਤੇ ਹੋਰ ਸੁਣਾ ਫਿਰ ਕੀ ਹਾਲ ਨੇ? ਵਧੀਆ। ਓਕੇ ਰਿਪੋਰਟ ਬਾ ਠੀਕ ਆ, ਕੱਲੂ ਵਲੌਗ 'ਚ ਆ ਜਾਏਗਾ ਤੂੰ, ਦੇਖ ਲਈ ਠੀਕ ਆ। ਓਕੇ, ਅਤੇ ਬਾਕੀ ਓਕੇ ਜੀ, ਕਰਦੇ ਹਾਂ ਗੱਲਬਾਤ ਹੁਣ ਆਪਾਂ ਬਾਅਦ 'ਚੋਂ। ਲਓ ਜੀ ਮਿੱਤਰੋ, ਇਹਦੀ ਇੱਕ ਤਾਰ ਹਿਲਦੀ ਸੀ ਉਹਦੇ ਕਰਕੇ ਨਹੀਂ ਇਹ ਚੱਲਦਾ ਸੀਗਾ, ਬਾਕੀ ਹੁਣ ਦੇਖਦੇ ਹਾਂਗੇ ਆਪਾਂ, ਹੁਣ ਭਜਾਉਂਦੇ ਹਾਂ, ਹੁਣ ਤਾਂ ਜਾਊਗਾ ਸ਼ੁਭ ਦਾ। ਮਿਲਾ ਉਹ ਤਾਰ ਹਿਲ ਹਿਲ ਕੇ ਜੁੜਦੀ ਸੀਗੀ, ਉਹ ਟੁੱਟੀ ਹੋਈ ਸੀ ਤਾਰ, ਤਾਂ ਹੀ ਇਹ ਮਤਲਬ ਹੁੰਦਾ ਸੀਗਾ। ਚਲੋ ਕਾਹ ਦੇ ਕਾਹ ਦੇ ਮੈਂ ਸਕੂਟਰ ਮੋਡੀਫਾਈ ਕਰਵਾਇਆ, ਹਾਂ ਕਰਵਾਉਣਾ ਅਜੇ, ਅੱਜ ਖੜਾ ਕੇ ਤੁਹਾਨੂੰ ਵਾਈਡ ਐਂਗਲ ਇਹਨਾਂ ਸਵਾਸ ਜ਼ਿਆਦਾ ਵਧੀਆ ਲੱਗਦਾ। ਚਲੋ ਚਲੀ ਮੈਂ ਹੀ ਵੀਰੇ, ਆਪਾਂ ਧੱਕਾ ਲਾ ਕੇ ਲੈ ਕੇ ਜਾ ਰਹੇ ਹਾਂਗੇ, ਬਹੁਤ ਔਖਾ ਕਰ ਰਿਹਾ ਇਹਨੇ, ਕਹਿੰਦਾ ਮੈਂ ਸਕੂਟਰ ਚਲਾਉਣਾ ਪਰ ਹੁਣ ਇਹ ਤਾਂ ਚੱਲਦਾ ਹੀ ਨਹੀਂ, ਸਕੂਟਰ ਨੂੰ ਧੱਕਾ ਲਾ ਰਿਹਾ ਵੀਰੇ, ਸੁੱਖੇ ਥੋੜੀ ਬਹੁਤ ਔਖਾ ਯਾਰ। ਹੁਣ ਲੰਘ ਜੂਗਾ ਫਿਰ ਉਦੋਂ ਫਿਰ ਆਪਾਂ ਧੱਕਾ ਲਾ ਲਾਂਗੇ। ਦੇਖੋ ਮਸਾਂ ਪਹੁੰਚਿਆ ਮੇਨ ਰੋਡ 'ਤੇ, ਮੇਨ ਰੋਡ 'ਤੇ ਮਸਾਂ ਪਹੁੰਚਿਆ, ਇਹ ਰੋਡ ਹੀ ਇੰਨੇ ਸੋਹਣਾ ਲੈ ਕੇ ਆਇਆ, ਓਏ ਮੈਂ ਹੁਣ ਟੋਏ ਇੱਧਰ ਦੀ ਨਹੀਂ ਗਾ, ਮੈਂ ਇੱਧਰ ਸੀ। ਲਓ ਜੀ ਮਿੱਤਰੋ, ਹੁਣ ਆਪਾਂ ਤੇਲ ਪਵਾਉਣ ਆ ਗਏ ਸੀਗੇ ਪੰਪ 'ਤੇ, ਅਸੀਂ ਕਿਹਾ ਥੋੜ੍ਹਾ ਜਿਹਾ ਤੇਲ ਪਵਾ ਲਈਏ ਵੀ, ਦੇਖਦੇ ਹਾਂ ਸਟਾਰਟ ਕਰਕੇ। ਓਏ ਤੇਲ ਪਹਿਲਾਂ ਹੈਗਾ ਸੀ ਮਾੜਾ ਜਿਹਾ, ਦੇਖੋ ਮੈਨੂੰ ਚਾਬੀ ਦਾ ਕੀ, ਚਾਬੀ ਤਾਂ ਲਾਉਣੀ ਵੀ ਨਹੀਂ, ਮਾੜਾ ਟੇਢਾ ਤਾਂ ਕਰ ਲਾ, ਤਾਂ ਫੜਾਈ ਮੈਨੂੰ ਮਾੜਾ ਗਾਹਾਂ ਕਰ, ਸਾਈਡ 'ਤੇ ਲਾ, ਕਰਦੇ ਇਹਨੂੰ ਸਟਾਰਟ, ਮੋਟਰਸਾਈਕਲ ਵੀ ਸਾਈਡ 'ਤੇ ਕਰ, ਦੇਖਦੇ ਇਹਨੂੰ ਕਰਕੇ ਸਟਾਰਟ, ਤੇਲ ਤਾਂ ਪਵਾ ਲਿਆ ਆਪਾਂ। ਓਏ ਪੁੱਠੇ ਪਾ, ਮੋਟਰਸਾਈਕਲ ਚੱਲਿਆ ਨਹੀਂ, ਸਕੂਟਰ ਹੈਗਾ ਉਹ, ਸਕੂਟਰ 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 ਮੇਰੇ ਸਟਾਰਟ ਨਹੀਂ ਹੁੰਦਾ ਹੈਗਾ, ਇਹ ਕੋ ਤਾਰ ਤੂਰ ਜੁੜ ਗਈ ਹੋਣੀ ਆ। ਚੱਲ ਚੱਲ ਫਿਰ ਤੋਂ ਹੀ ਧੱਕਾ, ਸੋਚਿਆ ਸੀ ਪੈਟਰੋਲ ਪਾ ਕੇ ਚੱਲ ਪੂ ਕਰਨਾ, ਪੈਟਰੋਲ ਥੋੜਾ ਹੀ ਸੀਗਾ ਯਾਰ, ਬਹੁਤ ਚਿੱਕੜਾ ਮੀਂਹ ਬਹੁਤ ਪਿਆ ਯਾਰ ਅੱਜ ਸਵੇਰੇ, ਚੱਕ ਗੇਰ ਗੇਰ ਵੀ ਮੈਂ ਪਾ ਰਿਹਾ ਗਾ, ਆਹ ਕੱਲੀ ਲੱਤ ਲਾ ਕੇ ਚਲਾਈ ਜਾ ਰਿਹਾ ਗਾ, ਅਸੀਂ ਦੇਖਦੇ ਹਾਂ ਕਿੰਨਾ ਟਾਈਮ ਹੋਰ ਟਾਈਮ ਲੱਗੂ, ਬਹੁਤ ਟਾਈਮ ਹੋ ਗਿਆ ਸਾਨੂੰ ਚੱਲੇ ਨੂੰ। ਮਲੇਕੋਟਲੇ ਪਹੁੰਚਣ ਵਾਲੇ ਯਾਰ, ਬਹੁਤ ਔਖਾ ਹੋਇਆ ਪਿਆ ਟੂਰ ਵਿਚਾਰਾ, ਪਤਾ ਨਹੀਂ ਉਹ ਖੜੇ ਆ ਬੰਦੇ ਜਾਈ ਜਾਂਦੇ ਆ ਗਏ, ਖਿੱਚੀ ਜਾਂਦੇ ਆ, ਆਪਣੇ ਨਾਲ ਦੇ ਹੀ ਮੂਹਰੇ ਜਾ ਰਿਹਾ ਗਾ, ਉਹ ਵੀ ਵਿਚਾਰਾ ਹੀ ਲੱਤ ਲਾਈ ਜਾ ਰਿਹਾ ਗਾ, ਉਹ ਵੀ ਔਖਾ ਹੈ, ਅਸੀਂ ਵੀ ਔਖੀ ਹਾਂ, ਤੇਰੇ ਹੱਥ 'ਚ ਨੇ ਵੀ ਹੈ ਨਾ, ਵੀ ਹੋਰ ਕੀ ਬ੍ਰੇਕ ਦਾ ਤੇਰੇ ਹੱਥ 'ਚ ਨੇ, ਹੌਲੀ ਸੀਗੀ ਓਵਰਟੇਕ ਲੱਗਿਆ ਹੋਇਆ, ਮੁੰਡਾ ਓਵਰਟੇਕ ਵੀ ਕਰਦਾ, ਭਾਵੇਂ ਸਪੀਡ ਨਹੀਂ ਹੈਗੀ ਪਰ ਜਿਗਰਾ ਬਹੁਤ ਆ। ਚੱਲ 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 ਹਾਂ ਬਾਈ ਵੀ ਔਖੀ ਨੇ ਯਾਰ, ਇਹ ਵੀ ਲੱਤ ਲਾਈ ਜਾਂਦੇ ਨੇ, ਕਹਿੰਦੇ ਵੀਰੇ ਮਲੇਕੋਟਲੇ ਆ ਗਏ ਪੁੱਲ ਤੇ ਚੜ੍ਹਨ ਲੱਗੇ ਪਿਆ, ਬਹੁਤ ਔਖਾ ਹੋ ਰਿਹਾ ਪੁੱਲ ਤੇ ਚੜ੍ਹਨ, ਇੱਕ ਤਾਂ ਚੜ੍ਹਾਈ ਹੈ ਉੱਪਰੋਂ ਲੱਤ ਦਾ ਸਹਾਰਾ,
ਪਹੁੰਚ ਗਏ ਬਸ ਪੁੱਲ ਚੜ ਗਏ ਔਖੇ ਸੌਖੇ ਹੋ ਕੇ ਹਲੇ 20-25 ਕਿਲੋਮੀਟਰ ਕੱਢਤਾ ਯਾਰ ਅੱਜ ਆਪਾਂ 25 ਕਿਲੋਮੀਟਰ ਮੈਂ ਕੱਢਣਾ ਗਾ ਹਲੇ ਰਹਿੰਦਾ ਗਾ ਹੁਣ ਤਾਂ ਵਗ ਜਾ ਪੁੱਲ ਨੀਚੇ ਨੂੰ ਜਾਂਦਾ ਮਤਲਬ ਵੀ ਥੱਲੇ ਨੂੰ ਡਿੱਗਦਾ ਭਾਈ ਆਪਾਂ ਕਿੱਥੇ ਜਾਣਾ ਯਾਰ ਆਈ ਨੂੰ ਸਕੂਟਰ ਜਮੀ ਨਹੀਂ ਚਲਾਉਣਾ ਆਉਂਦਾ ਪਤਾ ਹੀ ਨਹੀਂ ਯਾਰ ਕਦੇ ਇੱਧਰ ਖਿੱਚਲ ਕੱਢ ਲੈਂਦਾ ਕਦੇ ਇੱਧਰ ਆ ਵਿਚਾਰਾ ਨੂਰ ਬਾਈ ਵੀ ਔਖਾ ਕਰਤਾ ਯਾਰ ਇਹਨੇ ਹੋਰ ਦੱਸ ਹੁਣ ਆਪੇ ਚੱਲੂ ਚੱਲ ਚੱਲ ਹੁਣ ਤੂੰ ਚੱਲ ਆਪੇ ਚੱਲ ਨਾ ਨਾ ਸਿੱਧਾ ਹੀ ਚੱਲਣ ਦੇ ਸਿੱਧੇ ਚੱਲਣ ਨਾ ਬਹੁ ਗੇਟ ਪੈ ਜੂ ਬੱਸ ਸਟੈਂਡ ਕਹਿਣੀ ਨੂੰ ਸਿੱਧਾ ਹੀ ਚੱਲਣਾ ਦਿੱਲੀ ਗੇਟ ਕਹਿਣੀ ਨੂੰ ਉਹਦੇ ਸਿੱਧਾ ਹੀ ਪੈ ਜੂ ਉਹ ਗੇਟ ਬਹੁਤ ਵੱਡਾ ਹੁਣ 2 ਮਿੰਟ ਦਾ ਔਖ ਹੋ ਰਹਿ ਗਿਆ ਹਾਂ ਇਹਨੂੰ ਕਹਿ ਰੋੜ ਕੇ ਲੈ ਕੇ ਜਾ ਸੁੱਕੇ ਜਾ ਭੱਜ ਰੋੜ ਆਪਦਾ ਰੋੜ ਕੇ ਲੈ ਕੇ ਜਾ ਭੱਜ ਇਹਦਾ ਟਿਊਸ਼ਨ ਵੀ ਉੱਥੇ ਹੈਗਾ ਕਹਿੰਦੇ ਜਿੱਥੇ ਪਹੁੰਚਣਾ ਸੀ ਆਹ ਖੜੇ ਆ ਗਏ ਪਹਿਲਾਂ ਹੀ ਆ ਗਏ ਸੀ ਇਹ ਪਤਾ ਨਹੀਂ ਯਾਰ ਕਿੱਥੇ ਖੜਾਉਣਾ ਉਹ ਖੜਾ ਨੂਰੀ ਸਾਨੂੰ ਦੁਕਾਨ ਹੀ ਲੱਭਣ ਦਿਆ ਮੋਬਾਈਲ ਕੀਤਾ ਬੰਦੂਰ ਦੇ ਮੁੰਡੇ ਨੂੰ ਫੈਨ ਮਿਲਣ ਲੱਗ ਗਏ ਤੂੰ ਵੀ ਸਟਾਰ ਆ ਤੂੰ ਤਾਂ ਹੈ ਹੀ ਸਟਾਰ ਆ ਕਿੱਲੇ ਫੋਟੋ ਵਿੱਚ ਆ ਸਾਡੀ ਆ ਦੇਖ ਸਟਾਰ ਆ ਵੀ ਸਟਾਰ ਆ ਲਓ ਵੀ ਮਿੱਤਰੋ ਤੇ ਸਕੂਟਰ ਆਪਾਂ ਖੜਾਤਾ ਬਾਈ ਨਾਲ ਗੱਲ ਹੋ ਗਈ ਆਪਣੀ ਤੇ ਹੁਣ ਚੱਲੀਏ ਕਰ ਨੂੰ ਕਰ ਨੂੰ ਵੀ ਖਾ ਵੀ ਕੀ ਹੋਇਆ ਫੋਟੋ ਕਰਾਣੀ ਸੀ ਕਰਾਵਾਂ ਫੋਟੋ ਦੇਖ ਲੋ ਕਿਸੇ ਨੇ ਲੱਤ ਨੀ ਲਾਈ ਸਾਰੇ ਲਾ ਮੈਂ ਲੱਤ ਲਾ ਕੇ ਲੈ ਕੇ ਆਇਆ ਸਕੂਟਰ ਨੂੰ ਆ ਟੌਰ ਨਾ ਇਹ ਵੀ ਮੂਹਰੇ ਬੈਠਾ ਸੀ ਮੈਂ ਪਾਈ ਨਹੀਂ ਇਹਦਾ ਕਿੱਥੋਂ ਰੋਡ ਕੇ ਲੈ ਕੇ ਆਇਆ ਉੱਥੋਂ ਮੈਂ ਬਣਾਇਆ ਕਲਿੱਪ ਬਣਾਈ ਮੈਂ ਇਹਨਾਂ ਮੈਨੂੰ ਲੱਗਾ ਵੀ ਇਹ ਲੱਤ ਲਾ ਕੇ ਲੈ ਕੇ ਆਉਂਗਾ ਇਹਨਾਂ ਤੇ ਭਰੋਸਾ ਕਰ ਲੈਣਾ ਮਾੜਾ ਮੋਟਾ ਇਹਨੂੰ ਕਹਿ ਦਿੰਦਾ ਉਹ ਵੀ ਮੁੰਡਾ ਸਾਡਾ ਗੁੱਸੇ ਹੋ ਗਿਆ ਕਹਿੰਦਾ ਮੈਂ ਮੋਟਰਸਾਈਕਲ ਚਲਾਉਣਾ ਅਸੀਂ ਨੂੰ ਕਹਿ ਤੂੰ ਉਹਦੇ ਬਹਿਆ ਛੋਟੇ ਜਿਹੇ ਤੇ ਕਹਿੰਦਾ ਨਹੀਂ ਮੈਂ ਤਾਂ ਬੋਲਟ ਚਲਾ ਕੇ ਲੈ ਕੇ ਆਣਾ ਤੇ ਫਿਰ ਹੁਣ ਮੈਂ ਬਹਿ ਤਾਂ ਗਿਆ ਸੀ ਉਹਦੇ ਤੇ ਹੈ ਉਹ ਤੇ ਬਹਿ ਤਾਂ ਗਿਆ ਗੁੱਸਾ ਤੇ ਹੋ ਗਿਆ ਮੂੰਹ ਉਹਦੇ ਲਾ ਕਿਹਦਾ ਕਰ ਲਈ ਕਰੇ ਨਹੀਂ ਕਿੰਨੇ ਮੂੰਹ ਬਸ ਕਰ ਹੁਣ ਆ ਗਈ ਆਪਾਂ ਉਧਰ ਵਾਲੀ ਤੇ ਉਧਰ ਵਾਲੀ ਜਿੱਦਣ ਮੀਂਹ ਪੈਣ ਲੱਗਾ ਹੁਣ ਦੁਬਾਰਾ ਫੇਰਨਾ ਪੈਣ ਲੱਗੇ ਸਥਿਤੀ ਉਹੀ ਹੈ ਟਾਈਮ ਵੀ ਉਹੀ ਹੈ ਤੇ ਹੁਣ ਆ ਕੇ ਫੂਡ ਰੇਟ ਵਾਲਿਆਂ ਦੇ ਤੇ ਆ ਦੋ ਮੁੰਡਿਆਂ ਚ ਨਵੇਂ ਨੇ ਕਹਿੰਦਾ ਖਾ ਕੇ ਜਾਣਾ ਕੁਛ ਲਓ ਜੀ ਮੁੰਡਾ ਹੁਣ ਤੇ ਮੁੰਡੇ ਦੇ ਚਿਹਰੇ ਤੇ ਹੁਣ ਮੁਸਕਰਾਹਟ ਆਈ ਹੈ ਚਲੋ ਬਾਈ ਤਿਆਰ ਰੈਡੀ ਹੋ ਫਿਰ ਖਾਣ ਲਈ ਹੈ ਆ ਬਾਈ ਕੋ ਪੇਟੀਐਮ ਚੱਲਦਾ ਇਹ ਉਸਤਾਦ ਸਾਡਾ ਦੇਖ ਕਹਿੰਦਾ ਕੋਈ ਚੱਕਰੀ ਨੂਰ ਨੋਟ ਕਹਿੰਦਾ ਕੋਈ ਚੱਕਰੀ ਨੂਰ ਹੈਗਾ ਆਪਣੇ ਕੋਲ ਲਓ ਜੀ ਮਿੱਤਰੋ ਮੁੰਡੇ ਕਹਿੰਦੇ ਕੁਛ ਖਾਣਾ ਪੀਣਾ ਫਿਰ ਹੁਣ ਅਸੀਂ ਆ ਗਏ ਫੂਡ ਰੇਟ ਇੱਥੇ ਖਾਣੇ ਪੀਣੇ ਫਿਰ ਉਦੋਂ ਬਾਅਦ ਚੱਲਦੇ ਹਾਂ ਤੇ ਇਦੋਂ ਬਾਅਦ ਆਪਾਂ ਕਿੱਥੇ ਜਾਣਾ ਮੋਟਰਸਾਈਕਲ ਲਵੇ ਘਰੇ ਵੀ ਜਾਣਾ ਮੋਟਰਸਾਈਕਲ ਕੋਲ ਜਾਣੀ ਕਿ ਤੁਹਾਡੇ ਪਿੰਡ ਹੀ ਆ ਤੇ ਚਲੋ ਫਿਰ ਦੁਬਾਰਾ ਚੱਲਾਂਗੇ ਘਰੇ ਕਿਵੇਂ ਉਹ ਫੋਨ ਮੈਨੂੰ ਗਿਫਟ ਕਰਨਾ ਕਿਹੜਾ ਆ ਵਾਲਾ ਨਾ ਵੀਰੇ ਇਹ ਤਾਂ ਮੇਰੀ ਜਾਨ ਹੈ ਇਹ ਨਹੀਂ ਫੋਨ ਨਹੀਂ ਗਿਫਟ ਕਰ ਸਕਦਾ ਵੀ ਆ ਚੱਲੀ ਅਕੈਡਮੀ ਇਹਨਾਂ ਨੇ ਅਕੈਡਮੀ ਤੋਂ ਮੋਟਰਸਾਈਕਲ ਚੱਕਣਾ ਆਪਾਂ ਚੱਲੀਏ ਬੁਲਟ ਤੇ ਫਿਰ ਆ ਫੜ ਮਾੜਾ ਜਾ ਪੀਲਾ ਯਾਰ ਪੁੱਛਣ ਵਾਲੀ ਗੱਲ ਆ ਤੂੰ ਗੱਲਾਂ ਕਿਹੋ ਜਿਹੀਆਂ ਕਰਦਾ ਇਹ ਮਿੰਟ ਮਜੀਤੋ ਆ ਇਹ ਮਜੀਤੋ ਆ ਬਾਹਰ ਟੈਸਟ ਹੀ ਹੁੰਦਾ ਚਲੋ ਚੱਲੀਏ ਕਰਾਂ ਖਿੱਚਦੀ ਹੈ ਬੁਲਟ ਹੈ ਮੀਂਹ ਦੇਖੋ ਤੁਸੀਂ ਬੱਦਲ ਮੀਂਹ ਪੈਣ ਵਾਲਾ ਫੁੱਲ ਅੱਜ ਉਹੀ ਕੰਮ ਉਦਣ ਵਾਲਾ ਕੰਮ ਹੈਗੀ ਵੀ ਫੂਡ ਰੇਟ ਤੁਸੀਂ ਨਿਕਲੇ ਆ ਪਰ ਅੱਜ ਕਲਵੀਰ ਨਹੀਂ ਹੈਗਾ ਨਾਲ ਮੇਰੇ ਮਾੜਾ ਸਾਈਡ ਤੇ ਕਰੀ ਬੁਲਟ ਕੱਢਣਾ ਯਾਰ ਲਓ ਵੀ ਮਿੱਤਰੋ ਉਹੀ ਰਾਹ ਗਾ ਫੂਡ ਰੇਟ ਵਾਲੇ ਚੱਲੇ ਆ ਉਦਣ ਮੀਂਹ ਪੈਂਦਾ ਸੀ ਪਰ ਅੱਜ ਬੱਦਲ ਆ ਰਾਹ ਸਾਰਾ ਸਿਸਟਮ ਉਹੀ ਚੱਲ ਰਿਹਾ ਪਰ ਮੀਂਹ ਨਹੀਂ ਆ ਰਿਹਾ ਹਲੇ ਤੇ ਅਸੀਂ ਜਾ ਰਹੇ ਹਾਂ ਉਵੇਂ ਨੂਰ ਬਾਈਕ ਚਲਾ ਰਿਹਾ ਬਸ ਇੱਕ ਬੰਦਾ ਘੱਟ ਆ ਕਹਿਣ ਦਾ ਭਾਵ ਸਾਰੀਆਂ ਸਥਿਤੀਆਂ ਉਹੀ ਨੇ ਬੰਦਾ ਨਹੀਂ ਹੈਗਾ ਇੱਕ ਨਾਲ ਸਿੱਧੀ ਸਾਡੇ ਪਾਸੇ ਉਧਰ ਸਾਡੇ ਕੋਲ ਖਾਲੀ ਆ ਤੇ ਸਾਡੇ ਕੋਲ ਜੂਸ ਵੀ ਆ ਗਊ ਮਾਤਾ ਵੀ ਖੜੀ ਹੈ ਅਸੱਲੀ ਵਾਲਾ ਵੀ ਖੜਾ ਤੇ ਹੁਣ ਅਸੀਂ ਚੱਲਦੇ ਹਾਂ
ਆ ਦੇਖੋ ਜਿਹੜਾ ਉਦੋਂ ਹਣੇ ਯਾਰ ਹਨੇਰਾ ਸੀ ਤੁਹਾਨੂੰ ਰਾਹ ਦਿਖਿਆ ਨਹੀਂ ਜਦੋਂ ਤੁਹਾਨੂੰ ਦੱਸਦੇ ਨਹੀਂ ਪਾਣੀ ਖੜਾ ਆ ਦੇਖੋ ਆ ਰਾਹ ਕਹਿ ਜਾਂਦੇ ਬਰੋ ਵਧੀਆ ਇੱਥੇ ਖੜਾ ਸੀਗਾ ਪਾਣੀ ਇੱਥੇ ਖੜਾ ਸੀ ਪਾਣੀ ਬਾਈ ਇੰਨਾ ਗੰਦਾ ਰਾਹ ਨਾ ਇਹ ਗੱਲ ਛੱਡ ਤੋ ਤੁਸੀਂ ਆਪ ਸੋਚੋ ਵੀ ਕਿੰਨਾ ਕੁ ਪਾਣੀ ਖੜਾ ਉਰੇ ਦੇਖੋ ਟੋਏ ਦੇਖੋ ਲੈ ਉਦੋਂ ਨਾਲ ਪਤਾ ਵੀ ਲੱਗਦਾ ਸੀਗਾ ਵੀ ਕਿੱਧਰ ਟੋਆਗਾ ਹੋਰ ਉਦੋਂ ਦਾ ਮਸਾਂ ਬਾਈ ਕੱਢ ਕੇ ਲੈ ਗਏ ਆਪਾਂ ਬਾਕੀ ਪਿੰਡਾਂ 'ਚ ਵੀ ਯਾਰ ਕਿੰਨਾ ਪਾਣੀ ਖੜਾ ਸੀਗਾ ਭਿੱਜਦਾ ਗਏ ਫੁੱਲ ਪਰ ਹੁਣ ਵੀ ਸੁਭਾਅ ਜਿਹੜਾ ਮੈਂ ਲੱਗ ਰਹੀ ਹੈ ਮੈਨੂੰ ਲੱਗਦਾ ਆਪਾਂ ਰਾਹ ਜਾਂਦੇ ਅੱਜ ਆਪਾਂ ਖੜਾ ਲੈਣਾ ਜੇ ਹਨੇਰਾ ਨਹੀਂ ਹੋਇਆ ਹਾਂ ਅੱਜ ਖੜਾ ਲੈਣਾ ਕਿਤੇ ਉਦੋਂ ਆਪਾਂ ਉਦੋਂ ਲੇਟ ਵੀ ਹੋ ਗਿਆ ਸੀ ਆ ਦੇਖੋ ਬਾਈ ਦੇਖੋ ਗੰਦ ਗੰਦ ਕਿੰਨਾ ਦੇਖੋ ਦੇਖੋ ਆ ਸਬਜ਼ੀ ਮੰਡੀ ਆ ਗਈ ਸਾਡੀ ਛੋਟੀ ਮੋਟੀ ਦੇਖੋ ਸਬਜ਼ੀ ਸਬਜ਼ੀਆਂ ਕਿਹੜੇ ਖਾਣੇ ਟਮਾਟਰ ਟਮਾਟਰ ਅਜੇ ਬੂਟ ਲੈਣੇ ਉਹ ਵੀ ਲੈ ਲਓ ਆ ਤੇਰਾ ਮੋਟਰ ਹੈਗਾ ਜੀ ਨਾ ਓਏ ਜਿਹੜਾ ਮੋਡੀਫਾਈ ਕਰਵਾਇਆ ਆਪਾਂ ਹਾਂ ਕਰਦਾ ਬੁਲਟ ਬਾਜ ਇੱਧਰੋਂ ਖੱਜਲ ਖਵਾਰ ਹੋ ਰਿਹਾ ਇੱਕ ਤਾਂ ਜਾਮ ਤੇ ਉੱਤੋਂ ਆ ਗਈ ਸ਼ਾਮ फिलहाल बुलट चला रहे देखो हाँ देखो भाई मौसम देखो बदल बदल ही बदल उपर बदल थले नूर ਗਰਾਰੀ ਅੜ ਗਈ ਤੇ ਹੁਣ ਮਿੱਤਰੋ ਆ ਦੇਖੋ ਰੀਲ ਬਣ ਰਹੀ ਆ ਤੇ ਨੂਰ ਕਹਿੰਦਾ ਮੈਂ ਰੀਲ ਬਣਾਉਣੀ ਆ ਤੇ ਐਨ ਬਸ ਫਿੱਟ ਸਿੱਟ ਮਿੱਤਰੋ ਕਦੇ ਸ਼ੂਟੋ ਸ਼ੂਟ ਹੋ ਰਿਹਾ ਕੰਮ ਸ਼ੂਟੋ ਸ਼ੂਟ ਤੇ ਐਨ ਕਦੇ ਓਕੇ ਆ ਤੇ ਫਿਰ ਤੁਸੀਂ ਮੇਰੀਆਂ ਗੱਲਾਂ ਵੀ ਸੁਣਨਾ ਚਾਹੁੰਦੇ ਹੋ ਹੈ ਤੇ ਕੋਈ ਨਹੀਂ ਸੁਣਾਇਆ ਕਰਾਂਗੇ ਆਪਾਂ ਗੱਲਾਂ ਵੀ ਐਂ ਐਕਸ਼ਨ ਹੀ ਕਿਉਂ ਮਾਰਦਾ ਨੇ ਓਏ ਲੈ 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 ਦੇਖ ਕੀ ਕਰਦਾ ਦੇਖ ਅੰਨੀ ਦਾ ਇਹ ਮਜ਼ਾਕ ਹੈ ਵਾਹ ਓ ਹੋ ਜੇ ਤਾਂ ਬਾਈ ਰੀਲ ਸਟਾਰ ਹੈ ਬਹੁਤ ਐਕਸ਼ਨ ਕਰ ਰਿਹਾ ਹੈ ਪੂਰੀ ਘੈਂਟ ਬਣਾਈ ਹੋਈ ਯਾਰ ਲੈ ਐਨ ਪੂਰੀ ਓਕੇ ਕਹਿੰਦੇ ਮੁੰਡਾ ਅੱਗੇ ਦੇਖੇ ਮੈਂ ਗੱਡੀ ਦੇਖ ਕੇ ਇੱਧਰ ਆ ਗਿਆ ਸੀਗਾ ਉਹ ਚਲੋ ਕਹਿੰਦੇ ਰੀਲ ਬਣ ਰਹੀ ਆ ਐਨ ਪੂਰਾ ਸ਼ੂਟੋ ਸ਼ੂਟ ਹੋ ਰਿਹਾ ਕੰਮ ਪੱਬ ਦੇਖੋ ਜਿਵੇਂ ਹੀ ਮੂਵੀ ਵਾਲਿਆਂ ਵਾਂਗੂ ਕਰਦਾ ਮੁੰਡਾ ਤੇ ਆਹ ਸੀਰੀਅਸ ਹੋਇਆ ਫਿਰਦਾ ਲੈ 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 ਗੱਲ ਨਹੀਂ ਬਣੀ ਯਾਰ ਗੱਲ ਨਹੀਂ ਬਣੀ ਦੁਬਾਰੇ ਬਣਾਉਣੀ ਕਹਿੰਦਾ ਮੇਰਾ ਵੀਡੀਓ ਕਹਿੰਦਾ ਮੇਰਾ ਵੀਡੀਓ ਬਣਾਉਣ ਦੀ ਰੱਤਾਂ ਦੁੱਖਣ ਲੱਗ ਗਿਆ ਤੇ ਨੂਰ ਕਹਿੰਦਾ ਤੂੰ ਗੱਲ ਨਹੀਂ ਬਣੀ ਗੱਲ ਨਹੀਂ ਬਣੀ ਲਓ ਜੀ ਆਪਾਂ ਬੁਲਟ ਤੇ ਦੇਖੋ ਤੇ ਜਾਂਦਾ ਸ਼ੂਟ ਦਾ ਯਾਰ ਕਿੱਡੀ ਗੱਲ ਮੂਹਰੇ ਚੱਕੋ ਆਪਾਂ ਹੀ ਮਾਰਦੇ ਹਾਰ ਹਾਰਨ ਵੱਡੇ ਲਵਾਏ ਆ ਮਗਰ ਵੀ ਕਰਦਾ ਬੈਠਾ ਐਡੀਟਿੰਗ ਕਰਦਾ ਉਹ ਯਾਰ ਨਾ ਬ੍ਰੇਕ ਨਾ ਲਾ ਇਹਦੇ ਬ੍ਰੇਕ ਹੀ ਹਾਰਨ ਮਾਰ ਕੇ ਨੇ ਚਲੋ ਮਿੱਤਰੋ ਹੁਣ ਅਸੀਂ ਜ਼ਿਆਦਾ ਵਲੋਗ ਨਾ ਕਰੀਏ ਹੈਗੇ ਤਾਂ 20 ਦੀ ਸਪੀਡ ਤੇ ਫਿਰ ਵੀ ਰੋਡ ਤੇ ਤਾਂ ਵੀਡੀਓ ਬਣਾਉਣੀ ਚਾਹੀਦੀ ਹਾਂ ਤਾਂ ਚਲੋ ਹੁਣ ਆਪਾਂ ਤੁਹਾਨੂੰ ਫਿਰ ਮਿਲਦੇ ਹਾਂ ਜੇ ਕਿਤੇ ਰੁਕੇ ਹਾਂ ਵੀਡੀਓ ਬਣਾਉਣੀ ਹੁਣ ਚਲੋ ਚਲੀਏ ਫਿਰ ਲਓ ਜੀ ਮਿੱਤਰੋ ਆਪਾਂ ਆ ਗਏ ਕਲਵੀਰ ਦੇ ਪਿੰਡ ਹਨਾ ਵੀ ਹੈ ਕਲਵੀਰ ਦੇ ਪਿੰਡ ਆ ਗਏ ਹਾਂ ਹਾਂ ਤੇ ਹੁਣ ਆਪਾਂ ਕਲਵੀਰ ਨੂੰ ਉਤਾਰ ਕੇ ਤੇ ਚੱਲੇ ਹਾਂ ਬੁਲਟ ਤੇ ਫਿਰ ਉਦੋਂ ਬਾਅਦ ਆਪਾਂ ਚੱਲਦੇ ਹਾਂ ਮੋਟਰਸਾਈਕਲ ਦੇਖ ਕੇ ਆਉਂਦੇ ਹਾਂ ਉਹਦਾ ਕਿੰਨਾ ਕੰਮ ਹੋਇਆ ਕਿੰਨਾ ਕੁ ਨਹੀਂ ਹਨਾ ਮਤਲਬ ਹੁਣ ਅਸੀਂ ਚੱਲੇ ਧਲੇਰ ਨੂੰ ਇਹ ਕਹਿੰਦਾ ਮੈਂ ਮੋਟਰਸਾਈਕਲ ਕੋਲ ਜਾਣਾ ਹੈਗਾ ਤੇ ਹੁਣ ਅਸੀਂ ਚੱਲੇ ਹਾਂ ਮੋਟਰਸਾਈਕਲ ਕੋਲ ਦੇਖ ਰਹੇ ਹਾਂ ਉਹਨਾਂ ਮਿਸਤਰੀ ਕੀ ਕੰਮ ਕਰਿਆ ਉਹਦਾ ਚੱਲ ਵੀ ਮੁੰਡਾ ਖਿੱਚਦੇ ਫਿਰ ਮਿੱਤਰੋ ਅਸੀਂ ਮਿਸਤਰੀ ਕੋਲੇ ਪਹੁੰਚ ਗਏ ਤੇ ਉਹ ਖੜਾ ਉਹ ਮਿਸਤਰੀ ਗਿਆ ਹੋਇਆ ਯਾਰ ਲਿਆ ਲਿਆ ਤੇ ਆ ਵੀ ਆਪਣਾ ਚੁੱਬਰ ਆ ਖੜਾ ਤੇ ਦੂਜਾ ਚੁੱਬਰ ਉਹ ਆ ਰਿਹਾ ਲਿਆ ਬਈ ਲਿਆ ਖੇਤੀ ਪਾਰੇ ਖੌਰੂ ਖੌਰੂ ਪਾਉਣ ਤੱਕ ਤਿਆਰ ਕਰਾ ਰਹੇ ਹਾਂ ਆਪਾਂ ਹੋ ਗਿਆ ਸਟਾਰਟ ਕੀ ਚੱਕਰ ਹੈ ਕਿਉਂ ਬਾਈ
ਬਾਬਾ ਬੈਂਡ ਰੇਡ ਸ਼ੂ ਹੈ ਚੱਲ ਤੈਨੂੰ ਦਿਖਾਉਂਦੇ ਆ ਬੰਦਰੀ ਅੱਜ ਵੀਡੀਓ ਬਣਾਉਂਦੇ ਆ ਚੱਲ ਵੀ ਮੁੰਡਾ ਚੋਰ ਇਹਨੂੰ ਬੈਟਰੀ ਰੱਖੀ ਆ ਜੀ ਹੈ ਨਾ ਦੱਸਦਾ ਵੀ ਕਿੰਨੇ ਪਰਸੈਂਟ ਚਾਰਜ ਹੋਊ ਠੀਕ ਹੈ ਆ ਮੀਟਰ ਤੇ ਦੱਸਦਾ ਬਾਈ ਜੋ ਮੈਨੂੰ ਪਤਾ ਨਹੀਂ ਲੱਗਦਾ ਹੈ ਨਾ ਚਲਾ ਕੇ ਦੇਖ ਤੂੰ ਚਲਾ ਕੇ ਦੇਖੀ ਮੁੰਡਾ ਜੀ ਦੇਖ ਪਤਾ ਨਹੀਂ ਲੱਗਦਾ ਵੀ ਨਾ ਅਸ਼ਾ ਸੀਗਾ ਰੇਸ ਵਾਲਾ ਰੇਸ ਦਿੰਦਾ ਕਿਵੇਂ ਦੀ ਆ ਜੀ ਚੌਥਾ ਗੇਅਰ ਤੀਜਾ ਗੇਅਰ ਪਹਿਲਾ ਗੇਅਰ ਹੈਨਾ ਆ ਜ਼ੀਰੋ ਹੁਣ ਆਪਾਂ ਪੰਜਵਾਂ ਗੇਅਰ ਪਾਤਾ ਹੁਣ ਆਪਾਂ ਚਲਾਵਾਂਗੇ ਹੈ ਨਾ ਪੈਡਲ ਮਾਰਾਂਗੇ ਭੱਜੂ ਬਹੁਤ ਅੱਛਾ ਪੈਡਲ ਮਾਰਾਂਗੇ ਭੱਜੂ ਹੈ ਆਪਦੇ ਆਪ ਹੀ ਚਲ ਰੇਸ ਤੇ ਵੀ ਚੱਲੂ ਰੇਸ ਤੇ ਵੀ ਚੱਲੂ ਠੀਕ ਪੈਡਲ ਨਹੀਂ ਮਾਰਾਂਗੇ ਰੇਸ ਹੀ ਲਾ ਕੇ ਦੇਖੋ ਰੇਸ ਵਿੱਚ ਲਾ ਕੇ ਦੇਖਦੇ ਮਾੜੇ ਫਣੀ ਵੀਡੀਓ ਬਣਾਈ ਲੈ ਪੈਡਲ ਨਹੀਂ ਆਪਾਂ ਮਾਰਦੇ ਵਾਹ ਬਈ ਵਾਹ ਐਨ ਕਹਿੰਦੇ ਪੂਰੀ ਸ਼ਾਕਟਡ ਫੀਲਿੰਗ ਮੁੜਿਆ 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 ਉਹ ਭੱਜ ਗਿਆ ਦੇਖੋ ਓਏ ਮੁੜਿਆ ਹੈ ਕੀ ਕੁਛ ਨਹੀਂ ਹੁੰਦਾ ਜਿਹਨੇ ਖਰਾਬ ਕਰ ਦਿੱਤੀ ਸਾਈਕਲ ਫਿਰ ਕੀ ਤੋ ਤੂੰ ਦੇਣੇ ਦੂਣੇ ਹੈਗੇ ਉਹਨੇ ਇਹੋ ਜਿਹਾ ਹੀ ਆ ਉਹ ਮੋਟਰਸਾਈਕਲ ਰੱਖ ਲਾਂਗੇ ਇਹਦਾ ਪੱਕਾ ਮੋਟਰਸਾਈਕਲ ਨਹੀਂ ਦੇਣੇ ਉਹਨੇ ਆ ਗਿਆ ਲੈ ਬਸ ਕਰ ਕਿਉਂ ਫਰੀ ਵੀ ਚਲਾਈ ਜਾਂਦਾ ਓਏ ਪੈਡਲ ਮਾਰੇ ਦਾ ਪਤਾ ਹੀ ਨਹੀਂ ਲੱਗਦਾ ਪਤਾ ਹੀ ਨਹੀਂ ਲੱਗਦਾ ਫਾਰਮੈਲਿਟੀ ਲਈ ਆ ਅੱਛਾ ਮੈਂ ਵੀ ਚਲਾ ਕੇ ਦੇਖ ਲਾਂ ਡੀ ਜਦੋਂ ਪੈਡਲ ਮਾਰਦੇ ਹਨ ਤਾਂ ਆਪਦੇ ਆਪ ਬੈਟਰੀ ਜ਼ੋਰ ਭਰ ਦਿੰਦੀ ਆ ਮਤਲਬ ਮੋਟਰ ਤੇ ਆਪਦੇ ਆਪ ਤੁਰ ਪੈਂਦੇ ਦੇਖ ਮੈਂ ਮਾੜੀ ਆ ਪੈਡਲ ਮਾਰੂੰਗਾ ਕਾਹਨੂੰ ਜਾਣ ਕੇ ਤੂੰ ਗੱਲਾਂ 'ਚ ਨਾ ਲਾ ਨਾ ਚਲਾਇਆ ਸਾਈਕਲ ਚਵਾ ਕੇ ਦੀ ਮੈਂ ਵੀ ਚਲਾ ਕੇ ਦੇਖਣੀ ਆ ਓਏ ਉਰੇ ਲਿਆ ਓਏ ਨੂਰ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਜੇ ਇਹਨੇ ਖਰਾਬ ਕਰਤੀ ਤੂੰ ਪੈਸੇ ਕਹਿਣਾ ਪੈਸੇ ਲੈ ਲੂੰਗਾ ਕਹਿੰਦਾ ਤਾਂ ਪੈਸੇ ਲਓ ਹਾਂ ਅਰੇ ਬਾਲੀ ਘੈਂਟ ਫੀਲਿੰਗ ਆ ਯਾਰ ਇਹ ਦੇ ਲੈ ਨਵਾਂ ਸਿਸਟਮ ਆ ਕੱਢੀ ਜਾਂਦੇ ਹਨਾ ਲੈ ਫੜੀ ਮੈਂ ਵੀ ਗੇੜਾ ਕੱਢ ਕੇ ਦੇਖਾਂ ਤੇ ਪੈਡਲ ਮਾਰਦੇ ਵੱਧ ਭੱਜਦੀ ਆ ਹਾਂ ਮੁੰਡੇ ਲੈਂਦੀਆਂ ਹੈ 30,000 ਦੀ ਪਈ ਓਕੇ ਆ ਕੇ ਦੇਖ ਹੁਣ ਗੇੜ ਹੀ ਕੱਢ ਕੇ ਆਓ ਕੱਟਿਆ ਵੀ ਜੱਟ ਕੱਟਿਆ ਬੈਠੇ ਹੋ ਦੋਨਾਂ ਤੋਂ ਸੱਟ ਨਾ ਵਜੇ ਜਗ੍ਹਾ ਬਹੁਤ ਘੱਟ ਆ ਬੁਲਟ ਦੀ ਚਾਬੀ ਘੱਟ ਸੀ ਹਾਂ ਨਹੀਂ ਦੇਖਦਾ ਇੱਕ ਮਿੰਟ ਲਓ ਵੀ ਹੁਣ ਇਹਦੇ ਚੱਲਦੇ ਆ ਬੈਠੇ ਜਾਊਗਾ ਆ ਧਿਆਨ ਰੱਖ ਜਿਹੜਾ ਬੁਲਟ ਖੜਾਗਾ ਤੇ ਸਕੂਟਰੀ ਨੂੰ ਮਹਿੰਗਾ ਚੱਲ ਬਈ ਬਹੁਤ ਔਖੇ ਬੈਠਾ ਮੈਂ ਪਰ ਇੱਕ ਜਾ ਰਿਹਾ ਬਸ ਲਓ ਜੀ ਜਿਵੇਂ ਤੁਸੀਂ ਦੇਖਿਆ ਹੈ ਨਾ ਆਪਾਂ ਗੇੜੀ ਗੁੜੀ ਮਾਰਿਆ ਪੱਲੇ ਪੁੱਲੇ ਦਾ ਕਰਤੇ ਆਪਾਂ ਬਾਹਰ ਫਿੱਟ ਹੀ ਕਰਨੇ ਆ ਨਾ ਬਾਹਰ ਠੀਕ ਆ ਉਦੋਂ ਫਿਰ ਉਹ ਪਏ ਹੈਗੇ ਅੱਜ ਤੁਹਾਨੂੰ ਦਿਖਾਵਾਂ ਆਹ ਪਏ ਹੈਗੇ ਵੈਸੇ ਤੁਸੀਂ ਪਿਛਲੇ ਵਲੌਗ 'ਚ ਦੇਖੀ ਹੋਣਗੇ ਆਹ ਪਏ ਆ ਟਾਪੇ ਆਹ ਪਾਲੀ ਇਹ ਸਾਈਡਾਂ 'ਤੇ ਲੱਗਣੇ ਅੱਛਾ ਬੰਨੇ ਸਾਈਡ ਵਾਲੇ ਨੇ ਇਹ ਠੀਕ ਆ ਪਰ ਬਣ ਗਈ ਗੱਲ ਫਿਰ ਤਾਂ ਹਾਂ ਹਾਂ ਉਹਦਾ ਹੀ ਕਰਨਾ ਜਿਹੜਾ ਤੁਹਾਨੂੰ ਕੋਲ ਲੈਣ ਕੇ ਸੀ ਮੂਰਲ ਮਗਰਿਆੜ ਹੁਣ ਕੀ ਕਰਦੇ ਉਹਦਾ ਕਰਦੇ ਆ ਹਿੱਲਾ ਮਗਰਿਆੜ ਹੀ ਨਵਾਂ ਲਿਆ ਕੇ ਪਾ ਦਾਂਗੇ ਇਹ ਜਮ ਆਹ ਇਹਦੇ ਨਾਲ ਖੋਲੀਏ ਕਲਾਸਿਕ ਵਾਲਾ ਚੌੜਾ ਹੁੰਦਾ ਵੀ ਕਲਾਸਿਕ ਵਾਲਾ ਮਗਰੈਡ ਲੈ ਆਇਓ ਉਹਦਾ ਗੱਲ ਤਾਂ ਬਣ ਗਈ ਸੋਹਣਾ ਇਹ ਤਾਂ ਲੱਗਣ ਲੱਗ ਗਿਆ ਆਉਣਾ ਨੀ ਊਈ ਖੜਾ ਤਾ ਦੇਖੀ ਵੀ ਮੋੜ ਕੇ ਕੌਣ ਲਿਓ ਐ ਚੱਲੀਏ ਚੱਲ ਫਿਰ
देखो मूह करा इधर टेढ़ा बाला चौड़ा आ टायर आता पतला जहा टापे लगन गे एक इधर लगना एक इधर लगना उरे लगन गे आ जिहड़ी चीजां ने आ कवर करनियां ਲਾਟਰਮ ਪਟਰਮ ਜੇ ਸਾਰਾ ਕਵਰ ਹੋ ਜੀ ਓਕੇ ਚਲੋ ਕਿਨਾ ਚੱਲੀਏ ਫਿਰ ਆ ਗਿਆ ਵੇ ਇਹ ਹੈਗਾ ਕਿ ਬਾਈ ਇਹਦੇ ਬੰਦਾ ਗਾ ਇਹਦੇ ਮੂੰਹ 'ਚ ਗੋਲੀ ਪਾਈ ਹੋਈ ਆ ਇਹਦੇ ਮੂੰਹ 'ਚ ਗੋਲੀ ਪਾਈ ਹੋਈ ਜੇ ਕੋਈ ਕਰੂ ਮੈਂ ਕੱਟ ਕੇ ਜੀ ਠੂਕ ਲੈਣੀ ਜੇ ਕੋਈ ਵਾਧੂ ਘਾਟੂ ਬੋਲੂ ਹਾਂ ਔਰੇ ਆ ਜੀ ਮੈਨੂੰ ਆੜੀ ਚੱਪਲ ਦੇਣਾ 3000 ਰੁਪਏ ਦੇਣਾ ਮੈਂ ਨੂਰ ਦੇ ਪੈਸੇ ਲਊਂਗਾ ਇਹਦਾ ਦਿੰਨੇ ਪੈਸੇ ਆੜੀ ਕੁਝ ਨਹੀਂ ਮਿਲਣਾ ਬਾਈ ਆ ਦੇ ਛੇ ਕੇ ਲੈ ਕੇ ਭੱਜੂ ਮੈਂ ਮਜ਼ਾਕ ਕਰਦੇ ਆ ਰੋਈ ਨਾ ਰੋਣ ਲੱਗੇ ਨਾ ਨਾ ਚਲੋ ਗਾਇਸ ਚੱਲੀਏ ਕਿਨਾ ਹੁਣ ਆਪਾਂ ਗਿੰਬਲ ਹੁੰਦੀ ਆ ਚਲੋ ਮਿੱਤਰੋ ਹੁਣ ਆਪਾਂ ਚੱਲਿਆ ਚੱਚ ਲਵੇ ਚੱਲੀਏ ਬੁਲਟ ਲੈ ਕੇ ਬੁਲਟ ਤਾਂ ਬਾਈ ਦਾ ਗਾ ਆਹ ਗੱਲ ਨੀ ਬਈ ਕਹਿਣੀ ਹੈਗੀ ਤੇਰਾ ਹੈਗਾ ਬੁਲਟ ਵੀਰੇ ਆ ਚਲਾ ਤੂੰ ਹੀ ਚੱਲ ਚੱਲੀ ਜਾ ਕਿਨਾ ਚੱਚ ਲਵੇ ਹਾਂ ਚੋਬਰ ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ ਨੀ ਹੈ ਉਹ ਕੱਢ ਲਾਂਗੇ ਵਿਚਾਰਾ ਮੀਂਹ ਕਰਕੇ ਨੀ ਮੈਂ ਕੱਢਦਾ ਹੈਗਾ ਲਿਬੜ ਜਾਣਾ ਇਹਨੇ ਚਲੋ ਕਿਨਾ ਚੱਲ ਕੇ ਹੀ ਆਪਾਂ ਚੱਚ ਲਵੇ ਲਓ ਜੀ ਮਿੱਤਰੋ ਆ ਗਏ ਆਪਾਂ ਮੋਟਰ ਤੇ ਪੁੱਠੇ ਦੇ ਪੰਗੇ ਲੈ ਕੇ ਖੜਾਤਾ ਮੋਟਰਸਾਈਕਲ ਤੇ ਬਾਕੀ ਹੋਰ ਵੀ ਮਿੱਤਰਾ ਕੀ ਹਾਲ ਨੇ ਵਧੀਆ ਵੀਰੇ ਵਧੀਆ ਫੀਲਿੰਗ ਬਹੁਤ ਕੋਡਾ ਰਹੀ ਆ ਜੀ ਕਰਦਾ ਨਾਲੀ ਪਰ ਮੌਸਮ ਠੰਡਾ ਹਾਂ ਜੀ ਕਰਦਾ ਨਾਲੀ ਪਰ ਮੌਸਮ ਠੰਡਾ ਉਹ ਦੇਖੋ ਚਾਚਾ ਦੇਖੋ ਖਾਲ ਚ ਕਿਵੇਂ ਤਰੇ ਆਉਂਦਾ ਉਹ ਖੜਾ ਸਾਡਾ ਬੰਦਾ ਆਇਆ ਕਿ ਨਾ ਡਿੱਗ ਨਾ ਪਈ ਵੱਟ ਤੋਂ ਆਇਆ ਆਇਆ ਖਿੱਚ ਦੇ ਗੱਲ ਕਰ ਚਾਚਾ ਆ ਕੀ ਉਸਲ ਵੱਟੇ ਲੈਣ ਦਾ ਜਿਵੇਂ ਤਾਂ ਹੁਣੀ ਕਾਇਮ ਹੋ ਗਿਆ ਤੂੰ ਹਾਂ ਅੱਜ ਲੱਗਦਾ ਸਾਧਰੀ ਕਾਇਮ ਹੋ ਗਿਆ ਲੱਗਦਾ ਦੇਖ 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 ਛਾਲਾ ਮਾਰਦਾ ਛਾਲਾ ਆ ਦੇ ਹੈ ਕਹਿੰਦਾ ਪਾਰਟੀ ਲੈ ਲੈ ਇਹਨਾਂ ਤੋਂ ਪਾਰਟੀ ਕਾਦੀ ਪਤਾ ਨਹੀਂ ਕਾਦੀ ਕਹਿੰਦਾ ਕਾਦੀ ਪਾਰਟੀ ਲੈ ਲਈਏ ਜੀ ਕਾਦੀ ਪਾਰਟੀ ਲੈ ਲਈਏ ਦੇਖ ਲੈ ਤੁਹਾਡੇ ਮੋਬਾਈਲਾਂ 'ਚ ਅਸੀਂ ਦੇਖਦੇ ਰਹਿੰਦੇ ਅੱਛਾ ਅੱਛਾ ਮੋਬਾਈਲਾਂ 'ਚ ਅਸੀਂ ਦੇਖਦੇ ਰਹਿੰਦੇ ਕਹਿੰਦਾ ਵਲੌਗ ਉਹ ਸੁਣਾ ਫਿਰ ਠੀਕ ਆ ਓਕੇ ਆ ਆਪੇ ਅੱਗੇ ਲੱਗੇ ਲੱਗਦਾ ਨਹੀਂ ਨਹੀਂ ਹਜੇ ਨਹੀਂ ਲੱਗ ਗਿਆ ਹਜੇ ਤਾਂ ਲੇਟ ਲਾਊਗਾ ਹਨਾ ਅੱਛਾ ਫਿਰ ਘਰੇ ਜਾ ਕੇ ਚੂਹ ਲਾਵੇਂਗਾ ਹੈ ਫਿਰ ਘਰੇ ਜਾ ਕੇ ਸਿੱਟੂ ਅੰਦਰ ਕਹਿੰਦੇ ਜਿਹੜਾ ਜਿਹੜਾ ਸਾਰੀ ਦਿਹਾੜੀ ਕੰਮ ਕਰਨਾ ਉਹ ਨਹੀਂ ਤਾਂ ਥਕਾਵਟ ਲਾਉਣੀ ਆ ਹਨਾ ਹੋਰ ਹਨਾ ਆਥਣੇ ਫਿਰ ਕਾਇਮ ਕਰ ਦਿੰਦੀ ਆ ਉਹ ਜਿਵੇਂ ਵੀ ਹਨਾ ਆਥਣੇ ਜਾ ਕੇ ਡੀਜ਼ਲ ਜਾ ਕੇ ਆਥਣੇ ਫਿਰ ਭਰਨਾ ਹੈ ਆਥਣੇ ਟੈਂਕੀ ਫੁੱਲ ਕਰਕੇ ਫਿਰ ਤੜਕੇ ਫਿਰ ਆਥਣੇ ਫਿਰ ਟੈਂਕੀ ਫੁੱਲ ਹੈ ਆਥਣੀ ਤੇਲ ਪਾਉਂਦਾ ਇਹ ਹਨਾ ਹੋਰ ਫਿਰ ਕੋ ਫਿਰ ਕਹੂਗਾ ਫਿਰ ਤਾਂ ਕਹਿੰਦਾ ਦੇਖੀ ਨੂਰ ਮੀਂਹ ਆਉਣ ਵਾਲਾ ਲੱਗਦਾ ਬਸ ਕੋ ਦੀਦੇ ਹੀ ਨੀ ਕੀ ਕਰੀਏ ਲਓ ਵੀ ਮਿੱਤਰੋ ਬਹਿ ਜਾਈਏ ਕਹਿੰਦਾ ਗੱਲਾਂ ਗੁੱਲਾਂ ਮਾਰੀਏ ਫਿਰ ਚੱਲਦੇ ਆ ਘਰ ਨੂੰ ਕਿਉਂਕਿ ਹਨੇਰਾ ਵੀ ਹੋਣ ਵਾਲਾ ਫਿਰ ਮੱਛਰ ਬੜਾ ਹੋ ਜਾਂਦਾ ਨਾ ਲਓ ਜੀ ਮਿੱਤਰੋ ਮੋਟਰ ਤੋਂ ਆ ਗਿਆ ਪੱਕ ਕਰੇ ਅਤੇ ਬਾਕੀ ਵਲੌਗ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ ਅਤੇ ਅੱਜ ਦਾ ਵਲੌਗ ਕਰਦੇ ਹਾਂ ਉਰੀ ਐਂਡ ਓਕੇ ਅਤੇ ਜਾਣ ਲੱਗੇ ਇੰਸਟਾਗ੍ਰਾਮ ਨੂੰ ਫੋਲੋ ਕਰਨਾ ਨਾ ਭੁੱਲਿਓ ਇੱਥੇ ਨਾ ਨੀਚੇ ਇੱਕ ਡਿਸਕ੍ਰਿਪਸ਼ਨ ਬੋਕਸ ਆ ਉਹਦੇ ਵਿੱਚ ਤੁਹਾਨੂੰ ਲਿੰਕ ਮਿਲ ਜਾਣਾ ਗੁੱਤੀ ਲਿਖਾਊ ਇੰਸਟਾਗ੍ਰਾਮ ਆਈ ਡੀ ਠੀਕ ਆ ਉਹ ਲਿੰਕ 'ਤੇ ਕਲਿੱਕ ਕਰਕੇ ਫੋਲੋ ਦਾ ਬਟਨ ਆਉਂਦਾ ਉਹ ਨੀਲਾ ਜਿਹਾ ਉਹਨੂੰ ਫੋਲੋ ਕਰ ਦਿਉ ਠੀਕ ਆ 60K ਕੰਪਲੀਟ ਹੋ ਗਏ ਉੱਥੇ ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਤੁਸੀਂ ਸਪੋਰਟ ਕਰ ਰਹੇ ਹੋ ਇੰਸਟਾਗ੍ਰਾਮ ਨੂੰ ਵੀ ਅਤੇ ਯੂਟਿਊਬ ਨੂੰ ਵੀ ਸਿਰਾ ਕਰਾਈ ਜਾਂਦੇ ਹੋ ਬਸ ਇੱਦਾਂ ਹੀ ਸਿਰਾ ਕਰਾਈ ਚਲੋ ਅਤੇ ਬਸ ਲੱਖ ਵਿਊ ਨਾ ਟੁੱਟਣ ਦਿਆ ਕਰੋ ਯਾਰ ਵੀਡੀਓ ਤੋਂ ਠੀਕ ਆ ਲੱਖ ਵਿਊ ਤਾਂ ਦੇ ਹੀ ਦਿਆ ਕਰੋ ਇੰਨਾ ਤਾਂ ਪਿਆਰ ਦੇ ਦਿਆ ਕਰੋ ਅਤੇ ਬਾਕੀ ਚਲੋ ਜੀ ਫਿਰ ਮਿਲਦੇ ਹਾਂ ਅਗਲੇ ਵਲੌਗ ਵਿੱਚ ਓਕੇ ਬਾਏ ਬਾਏ।